ਦਿਲ ਵਿੱਚ ਹੋਵੇ ਜਜ਼ਬਾ ਤੇ ਹੌਸਲੇ ਹੁਣ ਬੁਲੰਦ ਤਾਂ ਕੋਈ ਵੀ ਚੀਜ਼ ਔਖੀ ਨਹੀਂ ਲੱਗਦੀ ਅਤੇ ਹਰ ਰਾਹ ਸੌਖਾ ਹੋ ਜਾਂਦਾ ਹੈ। ਇਸੇ ਗੱਲ ਤੇ ਖਰੀ ਉਤਰਦੀ ਹੈ ਸਾਈਕਲ ਸਵਾਰ ਜੋਤੀ ਰੋਂਗਾਲਾ। ਇੱਥੇ ਦੱਸ ਦਈਏ ਕਿ ਜੋਤੀ ਰੋਂਗਾਲਾ ਨੇ 2016 ਵਿੱਚ ਇੱਕ ਟਿੱਚਾ ਮਿਥਿਆ ਸੀ 30,000 ਕਿਲੋਮੀਟਰ ਦੀ ਦੂਰੀ ਸਾਈਕਲ ਤੇ ਤੈਅ ਕਰਨ ਦਾ ਅਤੇ 9,000 ਕਿਲੋਮੀਟਰ ਦੀ ਦੂਰੀ ਤੈਅ ਕਰਨ ਮਗਰੋਂ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਈ। ਹੁਣ ਉਹਨਾਂ ਦੇ 1.5 ਸਾਲ ਦੇ ਅਰਸੇ ਮਗਰੋਂ 8 ਜਨਵਰੀ ਨੂੰ ਮੁੜ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਸਫ਼ਰ ਦੇ ਦੌਰਾਨ ਜੋਤੀ ਰੋਂਗਾਲਾ ਮਾਨਸਾ ਵਿਖੇ ਪਹੁੰਚੀ ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਾਈਕਲ ਸਵਾਰ ਨੇ ਕਿਹਾ ਕਿ ਭਾਰਤ ਲੜਕੀਆਂ ਲਈ ਸੁਰੱਖਿਅਤ ਹੈ। ਇਹ ਮੈਂ 2016 ਜੈਨ ਮੈਂ ਸ਼ੁਰੂ ਕਰੀ ਥੀ ਔਰ 3 ਮਹੀਨੇ ਚਲਾਨੇ ਕੇ ਬਾਅਦ ਫਿਰ ਮੇਰਾ ਐਕਸੀਡੈਂਟ ਹੁਆ। ਫਿਰ 1.5 ਸਾਲ ਮੈਂ ਰੈਸਟ ਮੈਂ ਥੀ, ਰਿਕਵਰੀ ਮੈਂ, ਔਰ ਫਿਰ ਅਭੀ ਫਿਰ ਸੇ ਮੈਨੇ ਦਿੱਲੀ ਸੇ ਸ਼ੁਰੂ ਕਰੀ ਹੈ 8 ਤਾਰੀਖ ਕੋ, ਔਰ ਫਿਰ ਅਭੀ ਯਹਾਂ ਪਹੁੰਚੀ ਮੈਂ। 9,000 30,000 ਕਾ ਟਾਰਗੇਟ ਹੈ। ਹਾਂ, 300 ਦਿਨ ਲਗੇਂਗੇ 30,000 ਕਰਨੇ ਮੈਂ ਨਾ। ਇੱਕ ਤੋਂ ਗਿਨਿਸ ਵਰਲਡ ਰਿਕਾਰਡ ਕਰਨਾ ਹੈ ਔਰ ਦੂਸਰਾ ਇਹ ਕਿ ਔਰਤੋਂ ਕੇ ਲਈ ਬਿਲਕੁਲ ਸੇਫ ਹੈ। ਮੈਂ ਤੋ ਤਬ ਸੇ ਅਕੇਲੀ ਚਲੀ ਹੂੰ ਔਰ 2 ਸਾਲ ਸੇ ਘਰ ਵੀ ਨਹੀਂ ਗਈ ਮੈਂ, ਦਿੱਲੀ ਮੈਂ ਹੀ ਹੂੰ ਮੈਂ। ਬਸ ਯਹੀ ਕਹਿਣਾ ਹੈ ਕਿ ਔਰਤੋਂ ਕੇ ਲਈ ਬਿਲਕੁਲ ਸੇਫ ਹੈ, ਉਨਕੋ ਤੋ ਘਰ ਸੇ ਨਿਕਲ ਕੇ ਸਭ ਕਰਨਾ ਚਾਹੀਏ।